ਸਾਹਿਬਜ਼ਾਦਿਆਂ ਸ਼ਹੀਦੀਆਂ ਸਮੁੱਚੇ ਪੰਥ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹ 15 ਤੋਂ 31 ਤੱਕ ਜਿਹੜੇ ਸਾਡੇ ਜੋੜ ਮੇਲੇ ਚੱਲਦੇ ਆ ਭਾਵੇਂ ਉਹ ਮਾਘੀ 'ਤੇ ਜਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਦੀ ਅੰਤਰ ਕਮੇਟੀ ਦੇ ਵਿੱਚ ਉਚੇਚੇ ਤੌਰ 'ਤੇ ਕਿਉਂਕਿ ਸ਼ਹੀਦੀ ਜੋੜ ਮੇਲੇ ਪੋਹ ਤੋਂ ਸ਼ੁਰੂ ਹੋ ਜਾਂਦੇ ਆ ਉਹਨਾਂ ਬਾਬ ਸਭ ਤੋਂ ਪਹਿਲਾਂ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਸਮੁੱਚੇ ਪੰਥ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਮੁੱਚੇ ਸਤਿਗੁਰ ਜੀ ਦੇ ਸਾਰੇ ਪਰਿਵਾਰ ਦੀਆਂ ਸ਼ਹਾਦਤਾਂ ਇਹ 15 ਤੋਂ 31 ਤੱਕ ਜਿਹੜੇ ਸਾਡੇ ਜੋੜ ਮੇਲੇ ਚੱਲਦੇ ਆ ਭਾਵੇਂ ਉਹ ਮਾਘੀ 'ਤੇ ਜਾ ਕੇ ਖਤਮ ਹੁੰਦੇ ਆ ਪਰ 15 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਸਥਾਨਾਂ 'ਤੇ ਸਾਦੇ ਭੋਜਨ ਕੋਈ ਮਿੱਠਾ ਨਹੀਂ ਸਰਵ ਕੀਤਾ ਜਾਊਗਾ ਅਤੇ ਕਿਸੇ ਨੂੰ ਵੀ ਸਿਰ ਪਾਓ ਜਿਹੜਾ ਉਹ ਬਖਸ਼ਿਸ਼ ਨਹੀਂ ਕੀਤਾ ਜਾਊਗਾ ਭਾਵੇਂ ਪਹਿਲਾਂ ਵੀ ਇਹ ਕਹਿ ਦਿੱਤਾ ਸੀ ਉਹਦੇ ਵਿੱਚ ਕੁਛ ਪ੍ਰਜੰਪਸ਼ਨ ਰੱਖੀ ਸੀ ਮਹਾਂਪੁਰਸ਼ ਜਾਂ ਹੋਰ ਸਤਿਕਾਰ ਪ੍ਰਚਾਰਕ ਜਿਹੜੇ ਵੱਡੇ ਉਹਨਾਂ ਨੂੰ ਵੀ ਸਾਰਿਆਂ ਨੂੰ ਕੋਈ ਸਿਰ ਪਾਓ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਨਹੀਂ ਦਿੱਤਾ ਜਾਊਗਾ। ਇਹ ਤੋਂ ਇਲਾਵਾ ਸਮੁੱਚੇ ਪ੍ਰਬੰਧ ਅਧੀਨ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਚੱਲਦੇ ਆ ਉਹਨਾਂ ਦੇ ਮੁੱਖ ਗ੍ਰੰਥੀ ਸਾਹਿਬ ਜਾਂ ਦੂਜੇ ਗ੍ਰੰਥੀ ਸਾਹਿਬ 4 ਤੋਂ ਲੈ ਕੇ 6 ਵਜੇ ਤੱਕ ਸ਼ਾਮ ਲਗਾਤਾਰ ਸਾਰੇ ਜਿੰਨੇ ਡਿਊਟੀ ਤੋਂ ਵਿਹਲੇ ਜਿੱਥੇ ਰਿਕੁਆਇਰਮੈਂਟ ਨਹੀਂ ਉਹ ਵੱਧ ਤੋਂ ਵੱਧ ਉਹਨਾਂ ਨੂੰ ਸੰਥਿਆ ਜਪਜੀ ਸਾਹਿਬ ਅਤੇ ਨਾਲ ਚੌਪਈ ਸਾਹਿਬ ਦੇ ਪਾਠ ਕਰਨਗੇ ਨਾਲ ਸੰਥਿਆ ਦਿਆ ਕਰਨਗੇ ਸਾਰੇ ਗੁਰਦੁਆਰੇ ਸਾਹਿਬਾਨਾਂ ਨੂੰ ਇਹ ਅੱਜ ਦਾ ਜਿਹੜਾ ਆ ਉਦੇਸ਼ ਕੀਤਾ ਗਿਆ ਅਤੇ ਛੋਟੇ ਸਾਹਿਬਜ਼ਾਦੇ ਅਤੇ ਵੱਡੇ ਸਾਹਿਬਜ਼ਾਦਿਆਂ ਨੂੰ ਅਤੇ ਸਮੁੱਚੇ ਸ਼ਹੀਦਾਂ ਨੂੰ ਸਮਰਪਿਤ ਕਿਉਂਕਿ ਪਿਛਲੇ ਦਿਨੀ ਸਰਦਾਰ ਗਿਆਨ ਸਿੰਘ ਜੀ ਕੈਨੇਡਾ ਦੇ ਵਿੱਚ ਆ ਉਹਨੇ ਅਪਰੋਚ ਕੀਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਨਿੱਕੀਆਂ ਜਿੰਦਾਂ ਵੱਡਾ ਸਾਕਾ ਛੋਟੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਉਹਦਾ ਜਿਹੜਾ ਵੱਖ ਵੱਖ ਭਾਸ਼ਾਵਾਂ ਦੇ ਵਿੱਚ ਛੋਟੇ ਰੂਪ ਦੇ ਵਿੱਚ ਜਿਹੜੀ ਕਿਤਾਬਚੇ ਦੇ ਰੂਪ ਦੇ ਵਿੱਚ ਛਾਪੀ ਜਾਵੇ ਉਹਦੇ ਵਿੱਚ ਸਾਡੇ ਕੋਲ ਇੱਕ ਕੰਪਨੀ ਆ ਜਿਹੜੀ ਉਸ ਕੰਪਨੀ ਨੇ ਸਾਨੂੰ ਅੰਗਰੇਜ਼ੀ ਬੰਗਾਲੀ ਮਰਾਠੀ ਗੁਜਰਾਤੀ ਕੰਨੜ ਤੇਲਗੂ ਮਲਿਆਲਮ ਤਾਲਮ ਤਾਮਿਲ ਅਤੇ ਉਰਦੂ ਦੇ ਵਿੱਚ ਖਰੜਾ ਭੇਜ ਦਿੱਤਾ ਤਿਆਰ ਕਰਕੇ ਉਹਦਾ ਅਸੀਂ ਹੁਣ ਮਿਲਾਨ ਕਰਾਉਣਾ ਕਿਉਂਕਿ ਆਪਣੇ ਤੌਰ 'ਤੇ ਉਹ ਵੀ ਵੱਡੀ ਕੰਪਨੀ ਆ ਜਿਹਨੇ ਉਹਨਾਂ ਦਾ ਲੱਥਾ ਕੀਤਾ ਪਰ ਅਸੀਂ ਉਹ ਸਾਰਾ ਉਹਨਾਂ ਕੋਲੋਂ ਰਿਪੋਰਟ ਲੈ ਕੇ ਇਹਨੂੰ ਛਾਪਾਂਗੇ ਅਤੇ ਫਿਰ ਸਾਹਿਬਜ਼ਾਦਿਆਂ ਦੇ ਉਸ ਸ਼ਹੀਦੀ ਦਿਹਾੜੇ ਦੇ ਉੱਤੇ ਇਹ ਜਿਹੜਾ ਆ ਇਹ ਬੁੱਕਲੈਟਸ ਦੇ ਰੂਪ ਦੇ ਵਿੱਚ ਜਿਹੜੀ ਆ ਉਹ ਜਾਰੀ ਵੀ ਕੀਤਾ ਜਾਊਗਾ। ਇੱਕ ਸਾਡੇ ਮਾਤਾ ਸਾਹਿਬ ਕੌਰ ਜੀ ਗਰਲਜ਼ ਕਾਲਜ ਜਿਹੜਾ ਤਲਵੰਡੀ ਸਾਬੋ ਜਿੱਥੇ ਅਸੀਂ 250 ਬੱਚੀਆਂ ਨੂੰ ਫਰੀ ਪੜ੍ਹਾਉਂਦੇ ਹਾਂ ਸਾਰਾ ਕੁਝ ਉਹਨਾਂ ਦਾ ਫਰੀ ਹੁੰਦਾ ਉਹਨਾਂ ਨੇ ਪਿਛਲੇ ਦਿਨੀ 2-3-4 ਦਸੰਬਰ ਨੂੰ ਜਿਹੜੀ ਉਹ ਸਾਡੇ ਪਿੱਛੇ ਗੱਤਕਾ ਚੈਂਪੀਅਨਸ਼ਿਪ ਹੋਈ ਸੀ ਜਿਹਦੇ ਵਿੱਚ ਸਾਡੀਆਂ 16 ਵਿਦਿਆਰਥੀਆਂ ਨੈਸ਼ਨਲ ਤੌਰ 'ਤੇ ਚੁਣੀਆਂ ਗਈਆਂ ਉਹਨਾਂ ਨੂੰ ਵਧਾਈ ਵੀ ਦਿੱਤੀ ਆ ਅਤੇ ਅੱਜ ਉਹਨਾਂ ਦਾ ਇੱਥੇ ਸਤਿਕਾਰ ਵੀ ਕੀਤਾ ਗਿਆ ਔਰ ਕਿਉਂਕਿ ਗੱਤਕਾ ਜਿਹੜਾ ਇਹ ਨੈਸ਼ਨਲ ਗੇਮ ਦੇ ਤੌਰ 'ਤੇ ਇਹ ਤਸਲੀਮ ਹੋ ਚੁੱਕੀ ਹੈ ਇਸ ਕਰਕੇ ਉਹਨਾਂ ਬੱਚਿਆਂ ਨੂੰ ਵੀ ਅੱਜ ਆਸ਼ੀਰਵਾਦ ਦਿੱਤਾ ਗਿਆ। ਉਹ ਤੋਂ ਇਲਾਵਾ ਜਿਹੜਾ ਸਰਦਾਰ ਹਰਵੀਰ ਸਿੰਘ ਜੀ ਭਵਰ ਜਿਹੜੇ ਸਾਡੇ ਮੀਡੀਆ ਸਲਾਹਕਾਰ ਵੀ ਰਹੇ ਵੱਖ ਵੱਖ ਅਦਾਰਿਆਂ ਦੇ ਔਰ ਜਿਨ੍ਹਾਂ ਨੇ 1984 ਦੇ ਵਿੱਚ
एक बुक भी लिखी सी ब्ल्यू स्टार के उत्ते, वो अज अकाल चलाना कर गए, उन्होंने भी श्रद्धांजलि जी अज भेट की गई। उस तो अलावा साढ़े जिन्हें दस्कती मुहिम हाले बड़े पद्धर से असी क्योंकि शहीदी जोड़ मेले आ, पर फिर भी साढ़े को कल तक जिन्हें एक गुरद्वारा साहबान साढ़े उन्होंने 241,827 फार्म भरे गए आ, और बहुत बड़ा उत्साह जिहड़ा अज समुचे पंजाबी भाईचारे दे विच आ कि ये जिहड़ी पीड़ा साढ़े बंदी सिंह बेचारे लंबे अरसे तो जेलों च बैठे आ, ये असी हुण बड़ा टारगेट ते बड़े पद्धर ते जतन हुण करांगे सारे प्रचारक ते होर वख वख जिहड़े वर्कर साहबान आ मैंबर साहबान आ पहलां भी बड़ा योगदान पा रहे आ, पर मैं देखदा मैनू टेलीफोन घट्टो घट 100 आउंदा भी जी फार्म कित्थों मिलणगे। ये गल दर्शाउंदी आ भी सिख कौम दे विच अपने उन्होंने मरजीवड़ियां लई किन्ना बड़ा उत्साह आ। सो ये भी अज तक जिहड़ा कल तक साडा सीगा, और दूसरा सरदार दीदार सिंह जी बैंस जिहड़े अमेरिका दे विच सिक्खी दे तौर ते लंबा अरसा विचरे, उन्होंने श्रोमणी गुरद्वारा प्रबंधक कमेटी नूं साढ़े तेरह एकड़ जूबा सिटी मक्कड़ साहब वेले वो सानू जमीन भी डोनेट की, वो रजिस्ट्री भी हो चुकी है, तो उन्होंने होर पंथक कार्यां दे विच भी बहुत चोखा योगदान पाया। पिछले दिन ही साढ़े विचों विछड़ गए सी, उन्हां दी तस्वीर जिहड़ी आ उह अजायब घर दे विच लाउण दा फैसला किया गया, उन्हां दा परिवार भी आ रहा, एक डैपूटेशन उन्हां दा हुण पिछले दिन ही मेरे मिल के गया, और वह कहिंदे आ वी तुसीं जूबा सिटी आओ उत्थे आपां इहदा नींह पत्थर रखीए, तुहाडा मिशन वधिया असीं कायम करांगे नाल रल के सारे। सो वह भी असी 6 अप्रैल दे विच मोस्ट लाइकली उत्थे जा के उहदी भी जिहड़ी शुरुआत की जाऊगी आपां आस भी रखदे। उस तो अलावा एक पिछले दिनों कुछ रौला ही पैंदा सी, पर हुण रौला जिहड़ा सामने आ गया उहदे विच साडे कोल यूनीफाइड सिविल कोड ये राजसभा दे विच डिस्कशन लई पेश हो गया, पास भी हो गया। इहनूं अज असीं पूरे जोर नाल कंडैम किया, मता भी पाया कि जे इस तर्ज दे उत्ते इह लागू हो जांदा ते मनोरिटी कम्यूनिटीज जिहड़ियां इत्थे सुरक्षित नहीं अपने आप नूं महसूस करदियां, और इहदे नाल 4-5-6 जिहड़े चाहे हिंदू सक्सैशन एक्ट आ चाहे हिंदू गार्डियन एक्ट आ वो वख-वख सानूं खतरखासा आ कि वख-वख कौमां दे जिन्ने भी मनोरिटी कम्यूनिटी आ उहनां लई इह इक बहुत वड्डा खतरा बनूगा, और इहदे ते असीं भारत दी सरकार तों मंग करदे हां कि इह संविधानक सुरक्षा नूं देखदे होए इहदे विच कोई भी छेड़छाड़ ना कीती जावे, असीं इहदी जिहड़ी आ कड़े शब्दां दे विच निंदा नहीं करदे, असीं सरकार नूं भी बेनती करदे हां वी इह तुरंत जिहड़ा आ इह अपने वापस लिया जावे। दूजा जिहड़ा कई वारी आपां कह दिंदे हां कि मनोरिटी कम्यूनिटी दे जिहड़े साडे इस वेले घट गिणतियां दे चेयरमैन आ, मैं लालपुरा साहब नूं बेनती करनी चाहुंदा तुहाडा इहदे की प्रतिक्रम आ, जां तुसीं अज तक हुण अज लागू होण जा रिहा तुसीं मनोरिटी स्टेटस दे सारिआं दे उहदे ते तुहाडा की प्रतिक्रम आ, तुसीं इहदे बारे की कहना चाहुंदे आ। और मैं तां इह वी बेनती करदा भई जे स्टैचुरी बॉडी दे उह चेयरमैन आ उहनां दा इक अधिकार हुंदा उह पंजाब दे विच आ के घट गिणतियां कहिंदे सिख जिहड़ियां दी गिणती घट गई ते नाल कहिंदे भी हुण बीजेपी दे नाल समझौता नहीं अकाली दल दा होऊगा, इह घट गिणती चेयरमैन ने डिस्क्राइब करना अपने। मैं पहलां भी बेनती कीती सी हुण भी बेनती करदा कि लालपुरा साहब तुहानूं गुरु साहब ने कृपा करके मौका दिता घट गिणतियां दे राइट्स नूं सिक्योर करो। पहलां उत्थे पार्लीमेंट बोर्ड दे
वह मैंबर बने हूँ मैनू पता लगा भी पंजाब की कोर कमेटी के भी मैंबर आ तो स्टैचुटरी बॉडी के चेयरमैन होने के नाते ये मैं समझदा उन्होंने झट दखलअंदाजी करनी चाहिए आ और स्पैशली सिखां दा क्योंकि बतौर सिख अमृतधारी भी वह तो सूझबूझ भी रखते आ पर इन गलों वल अचेचे तौर पर ध्यान दिता जाना चाहिए जे दखलअंदाजी फिर राजनीति च करनी आ फिर ये जड़ा अहुदा आ इनू त्याग देना चाहिए फिर सीधे तौर पर राजनीति जी कर लेनी चाहिए। सो उस तो अलावा आ पिछले समय दौरान क्योंकि सिखां दे विच गुरु साहब ने बड़ा सिद्धांत सानू बख्श किया साहब गुरु हरगोबिंद साहब पातशाह जी ने वह आ साडा सिद्धांत श्री अकाल तख्त साहब की रचना और श्री अकाल तख्त साहब ते कोई भी सिख चाहे देश च आ चाहे विदेश में आ जिले अकाल तख्त तो आवाज पैंदी आ इत्थे आ के नतमस्तक होंदा। अज कुछ साडे जिहड़े वीर आ ਉਹ ਸਿੱਖੀ ਦੇ ਭੇਸ਼ ਦੇ ਵਿੱਚ ਇਸ ਸਿਧਾਂਤ ਨੂੰ ਸੱਟ ਮਾਰਨੀ ਚਾਹੁੰਦੇ ਪਿੱਛੇ ਪਟਨਾ ਸਾਹਿਬ ਦਾ ਕਿਉਂਕਿ ਲੰਬਾ ਝਗੜਾ ਚੱਲਦਾ ਸੀ ਸਿੰਘ ਸਾਹਿਬ ਨੇ ਇੱਥੇ ਸਾਰਿਆਂ ਨੂੰ ਤਲਬ ਕੀਤਾ ਉਹਨਾਂ ਦਾ ਰਾਈਟ ਸੀ ਉਹਨਾਂ ਦਾ ਹੱਕ ਸੀ ਉਹ ਸੱਦ ਸਕਦੇ ਆ ਸਾਰਿਆਂ ਨੂੰ ਕਿਉਂਕਿ ਸੁਪਰੀਮ ਬਾਡੀ ਆ ਅਤੇ ਉਹ ਇੱਥੇ ਬੈਠ ਕੇ ਫੈਸਲਾ ਵੀ ਕੀਤਾ ਪਰ ਜਿਸ ਢੰਗ ਦੇ ਨਾਲ ਉੱਥੇ ਉਹ ਪੁਤਲੇ ਸਾੜੇ ਗਏ ਇਹ ਮੈਂ ਸਮਝਦਾ ਸਿੱਖ ਚਿਹਰਿਆਂ ਦੇ ਵਿੱਚ ਉਹ ਸਿੱਖ ਨਹੀਂ ਹੋ ਸਕਦੇ ਸਿੱਖ ਦਾ ਕਦੇ ਐਵੇਂ ਦੀ ਘਨੌਣੀ ਕਦੇ ਹਰਕਤ ਨਹੀਂ ਕਰਦਾ ਪਰ ਅੱਜ ਸਾਨੂੰ ਸਾਵਧਾਨ ਹੋਣ ਦੀ ਵੀ ਲੋੜ ਆ ਕਿ ਅਕਾਲ ਤਖ਼ਤ ਸੁਪਰੀਮ ਬਾਡੀ ਸਾਡੀ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਆ ਇਹਦੀ ਆਪਣੀ ਪ੍ਰਭੂ ਸਤਾ ਆ ਇਹਦੇ ਉੱਤੇ ਕੋਈ ਨਿਯਮ ਲਾਗੂ ਨਹੀਂ ਹੁੰਦਾ ਇਹ ਅਕਾਲ ਦਾ ਤਖ਼ਤ ਆ ਇਹ ਸਭ ਤੋਂ ਸੁਪਰੀਮ ਬਾਡੀ ਆ ਦੁਨਿਆਵੀ ਵੀ ਅਤੇ ਅਧਿਆਤਮਿਕਤਾ ਦੇ ਤੌਰ ਦੇ ਉੱਤੇ ਵੀ ਕਮੇਟੀ ਦੀ ਐਗਜੈਕਟਿਵ ਨੇ ਉਹਨਾਂ ਨੂੰ ਤਾੜਨਾ ਵੀ ਕੀਤੀ ਆ ਵੀ ਇਹੋ ਜਿਹੀਆਂ ਕੁਝੀਆਂ ਜਿਹੜੀਆਂ ਸ਼ਰਾਰਤਾਂ ਕਿਸੇ ਦੇ ਪਿੱਛੇ ਲੱਗ ਕੇ ਉਹ ਨਾ ਕੀਤੀਆਂ ਜਾਣ ਸੋ ਤਾੜਨਾ ਵੀ ਕੀਤੀ ਅੱਜ ਕਿਉਂਕਿ ਪਵਿੱਤਰ ਸਿਧਾਂਤ ਆ ਅਤੇ ਪਵਿੱਤਰ ਸਿਧਾਂਤ ਦੀ ਪਾਲਣਾ ਜਿਹੜੀ ਆ ਉਹ ਕੌਮ ਨੇ ਕਰਨੀ ਆ ਅਤੇ ਕੌਮ ਦਾ ਫਰਜ਼ ਵੀ ਬਣਦਾ। ਇੱਕ ਅਸੀਂ ਅੱਜ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਚਿੱਠੀ ਵੀ ਲਿਖੀ ਆ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਉੱਥੇ ਸਾਡੇ ਸੈਂਕੜੇ ਅਸਥਾਨ ਪਏ ਆ ਧਾਰਮਿਕ ਅਸਥਾਨ ਉਹਨਾਂ ਧਾਰਮਿਕ ਅਸਥਾਨਾਂ ਦੀ ਪਾਕਿਸਤਾਨ ਅਵੈਕਿਊ ਪ੍ਰੋਪਰਟੀ ਜਿਹੜੀ ਆ ਉਹਨਾਂ ਦਾ ਬੋਰਡ ਬਣਿਆ ਆ ਉਹਦੀ ਦੇਖ ਰੇਖ ਕਰਦੇ ਆ ਅਤੇ ਅਸੀਂ ਉਹਨਾਂ ਤੋਂ ਇਹ ਵੀ ਤਵੱਕੋਂ ਰੱਖਦੇ ਹਾਂ ਵੀ ਉਹਨਾਂ ਗੁਰੂ ਘਰਾਂ ਦੀ ਸੇਵਾ ਸੰਭਾਲ ਕਿਉਂਕਿ ਘੱਟ ਗਿਣਤੀ 'ਚ ਬਹੁਤ ਆ ਸਿੱਖ ਬਹੁਤ ਘੱਟ ਗਿਣਤੀ ਆ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਅਸਥਾਨਾਂ ਦੀ ਸੁਰੱਖਿਅਤਾ ਜਿਹੜੀ ਉਹ ਵੀ ਯਕੀਨੀ ਬਣਾਈ ਜਾਵੇ। ਪਿੱਛੇ ਭਾਈ ਤਾਰੂ ਸਿੰਘ ਜੀ ਦਾ ਅਸਥਾਨ ਉੱਥੇ ਕਿਉਂਕਿ ਅਸੀਂ ਅੱਜ ਚਿੱਠੀ ਚੇਚੇ ਤੌਰ 'ਤੇ ਲਿਖੀ ਆ ਵੀ ਤੁਸੀਂ ਇਹਨਾਂ ਸਾਰੀਆਂ ਮਹਾਨ ਵਿਰਾਸਤਾਂ ਜਿਹੜਾ ਸਿੱਖੀ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਚੋਖਾ ਯੋਗਦਾਨ ਆ ਉਹ ਇਮਾਰਤ ਦੀ ਵੀ ਅਤੇ ਨਾਲ ਦੀ ਨਾਲ ਇੱਕ ਹੋਰ ਅਸਥਾਨ ਆ ਉੱਥੇ ਜਿੱਥੇ ਸਿੰਘਾਂ ਸਿੰਘਣੀਆਂ ਦੇ ਸੰਸਕਾਰ ਹੋਏ ਸ਼ਹੀਦੀ ਸਥਾਨ ਆ ਉਹਨਾਂ ਦਾ ਉਹਦੀ ਵੀ ਸਾਰੀ ਜਿਹੜੀ ਆ ਦੇਖ ਰੇਖ ਚੰਗੇ ਢੰਗ ਨਾਲ ਕੀਤੀ ਜਾਵੇ। ਅਸੀਂ ਪਿੱਛੇ ਆਪ ਵੀ ਜਾ ਕੇ ਆਏ ਸੀ ਅਤੇ ਉਹਨਾਂ ਨਾਲ ਬੈਠ ਕੇ ਸਾਰੀ ਵਿਚਾਰ ਵੀ ਕੀਤੀ ਸੀ। ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਆਹ ਜਿਹੜੇ ਆਉਂਦੇ ਦਿਨ ਆ ਉਹਨਾਂ ਦੇ ਵਿੱਚ ਸਾਰੇ ਸਿੱਖਿਅਕ ਅਦਾਰੇ ਜਿਹੜੇ ਸਾਡੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਉਹਨਾਂ ਸਾਰਿਆਂ ਨੂੰ ਹਦਾਇਤ ਕੀਤੀ ਆ ਕਿ ਆਉਂਦੇ 20 ਤੋਂ 30 ਤਰੀਕ ਤੱਕ ਹੱਥਾਂ ਦੇ ਵਿੱਚ ਫੱਟੀਆਂ ਲੈ ਕੇ ਹੱਥਾਂ ਦੇ ਵਿੱਚ ਮੋਟੋ ਲੈ ਕੇ ਹੱਥਾਂ ਦੇ ਵਿੱਚ ਪਵਿੱਤਰ ਗੁਰਬਾਣੀ ਦੀਆਂ ਕੁਛ ਪਵਿੱਤਰ ਪੰਗਤੀਆਂ ਲੈ ਕੇ ਵੱਖ ਵੱਖ ਪਿੰਡਾਂ 'ਚ ਸਾਡੇ ਪ੍ਰਚਾਰਕ ਨਾਲ ਹੋਣਗੇ ਉਹ ਮਾਰਚ ਕੱਢਣਗੇ ਵੱਖ ਵੱਖ ਸਾਰਿਆਂ ਪਿੰਡਾਂ ਦੇ ਵਿੱਚ ਤਾਂ ਕਿ ਲੋਕਾਂ ਦੇ ਵਿੱਚ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦਿਆਂ ਦੀਆਂ ਉਹ ਲਸਾਨੀ ਸ਼ਹਾਦਤਾਂ ਉਹਨਾਂ ਨੂੰ ਯਾਦ ਵੀ ਕੀਤਾ ਜਾਵੇ ਅਤੇ ਕੌਮ ਦੇ ਵਿੱਚ ਅਵੇਅਰਨੈਸ ਵੀ ਹੋਵੇ। ਸੋ ਇੰਨਾ ਕੁ ਅੱਜ ਦਾ ਜਿਹੜਾ ਸਾਡਾ ਇਹ ਸਮੁੱਚੇ ਤੌਰ 'ਤੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਏਜੰਡਾ ਸੀਗਾ ਉਹ ਅੱਜ ਜਿਹੜਾ ਆ ਸਾਰੇ ਦਾ ਸਾਰਾ ਬੈਠ ਕੇ ਸਾਰਿਆਂ ਨੇ ਇਹ ਫੈਸਲਾ ਕੀਤਾ। ਸੋ ਅੰਤ ਦੇ ਵਿੱਚ ਸਮੁੱਚੀ ਕੌਮ ਨੂੰ ਵੀ ਬੇਨਤੀ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ
ये जिहड़ी दस्तकती मुहिम आरंभी गई आ ये किसी ना किसी संस्था ने मोहरे लगनाई और मैं पिछे खुशी हुई भी पिछे तामल दे परसों इतने आ के वो फार्म भी भर के गए और उन्होंने अपनी वचनबद्धता भी दोहराई आ ते ये अज समुची कौम फार्म भर के ये सारा इस गल का प्रगटावा कर रही आ कि सिखां दे मनां दे विच किड्डा वड्डा दर्द है। सो इस तों इलावा पिछले दिन ही साडा दो मैंबरी कलकत्ते सिंह सभावां को जाके आई आ जिहदे विच सरदार गुरचरण सिंह गरेवाल साडे जनरल सकत्तर परमजीत सिंह खालसा एग्जैक्टिव दे मैंबर और उत्थे इन्हां ने सारिया सिंह सभावां इकट्ठियां कीतियां वैस्ट बंगाल दियां उन्होंने फार्म भी बड़े पद्धर से भर रहे और उन्होंने ये भी सानू एक कह लो भी आप एक रिप्रजेंटेशन दिती आ कि असी सिंह सभावां दा क्योंकि 150 साल संपूर्ण हो जा रहा तो असी वैस्ट बंगाल दे विच बड़े पद्धर के उत्ते चाहते आ कि उत्थे एक समागम रखा जाए जिहड़ा केवल दा केवल उन्हां गुरु सूरिया नूं जिन्हां ने आर्या समाज का जिस वेले इत्थे बहुत बड़ा जोर सीगा उस जोर नूं जे ठल पाई आ ते ओह साडे मरजीबड़िया ने पाई सी जिन्हां विच प्रोफेसर गुरमुख सिंह जिन्हां विच ज्ञानी दित सिंह ओह भावें उन्हां मूवमेंटां दे विचों निकले पर उन्हां ने गुरु वल नूं मुख रख के इस गल नूं ठल पाई सी। अज सानूं भी ये जिहड़ा यूनीफॉर्म सिविल कोड एक साढ़े नाल सारिया घट गिणतियां दे नाल जिहड़ा कोझा जतन किया जा रहा उहदे उत्ते भी इसे तरह सारी कौम इकट्ठी होवे और घट कम्यूनिटी घट गिणती कम्यूनिटी सारिया चाहे मुसलमान होन चाहे उह च क्रिश्चियन होन सारिया नूं क्योंकि उन्हां दे स्टेटस का खतरा आ सो उहदे ते भी सारिया नूं एकजुटता दे नाल ही जिहड़ा सारिया नूं पहरा देना चाहिए। वाहिगुरू जी का खालसा वाहिगुरू जी का शहीद जोड़ मेला देखते जोत स्वरूप जल्द नगर कीर्तन जाता सानू सतगुरु जी ने रूह ही साडे जोड़ मेलिया के रूप वरती आ सानू कोई निराश का आलम नहीं बख्शिश किया गुरु पातशाह का दिहाड़ा आ रहा ਉਹਦੇ ਵਿੱਚ ਜਿਹੜਾ ਸਿੰਪਲ ਖਾਣਾ ਤਾਂ ਹਰ ਇੱਕ ਬੰਦਾ ਪਸੰਦ ਕਰਦਾ ਅਤੇ ਸਿੰਪਲ ਤੌਰ 'ਤੇ ਰਹਿਣਾ ਵੀ ਪਸੰਦ ਕਰਦਾ ਕੋਈ ਗੱਲ ਨਹੀਂ ਇਹਦੇ ਵਿੱਚ ਇਨਕਲੂਡ ਕੀਤਾ ਜਾਊਗਾ। ਵਾਹਿਗੁਰੂ ਸਿੱਖ ਹੋਣ ਦੇ ਨਾਤੇ ਲਾਲਪੁਰਾ ਜੀ ਆਪਣਾ ਫਰਜ਼ ਨਿਭਾ ਰਹੇ ਨੇ ਕਿ ਨਹੀਂ ਨਿਭਾ ਰਹੇ ਜੋ ਹਾਲਾਤ ਹੋ ਰਹੇ ਨੇ ਹਨਾ ਨਿਭਾਉਂਦੇ ਜਾ ਰਹੇ ਨੇ ਚਾਹੇ ਬੰਦੀ ਸਿੱਖਾਂ ਦਾ ਮਾਮਲਾ ਹੋਵੇ ਚਾਹੇ ਹਰਿਆਣਾ ਕਮੇਟੀ ਦਾ ਮਾਮਲਾ ਹੋਵੇ ਚਾਹੇ ਹੁਣ ਪਟਨਾ ਸਾਹਿਬ ਦਾ ਹੀ ਮਾਮਲਾ ਕਿੰਨਾ ਉਲਝਾ ਦਿੱਤਾ ਗਿਆ ਇਹ ਮੇਰੇ ਤੋਂ ਬਾਅਦ ਤਾਂ ਤੁਸੀਂ ਐਕਸਪਲੇਨ ਹੀ ਕਰ ਦਿੱਤਾ ਲਾਲਪੁਰਾ ਸਾਹਿਬ ਨੂੰ ਕੀ ਕਰਨਾ ਚਾਹੀਦਾ ਤੁਸੀਂ ਐਕਸਪਲੇਨ ਕਰਤਾ ਸਾਡਾ ਇਹ ਨਹੀਂ ਗਾ ਸਾਡਾ ਇਹ ਆ ਕਿ ਜਿਹੜਾ ਘੱਟ ਗਿਣਤੀ ਕਮਿਸ਼ਨ ਹੁੰਦਾ ਉਹਦੇ ਚੇਅਰਮੈਨ ਦਾ ਇਹ ਫਰਜ਼ ਆ ਪ੍ਰੋਟੈਕਟ ਕਰਨਾ ਘੱਟ ਗਿਣਤੀ ਕਮਿਸ਼ਨ ਘੱਟ ਗਿਣਤੀਆਂ ਨੂੰ ਕਮਿਸ਼ਨ ਅਤੇ ਜੇ ਘੱਟ ਗਿਣਤੀਆਂ ਦਾ ਕਮਿਸ਼ਨ ਹੀ ਪੋਲੀਟੀਕਲ ਸਟੇਜਾਂ ਦੇ ਉੱਤੇ ਪੋਲੀਟੀਕਲ ਬੋਲੀ ਬੋਲੇ ਅਤੇ ਫਿਰ ਆਪਾਂ ਉਹ ਤੋਂ ਆਪਣਾ ਲੈ ਸਕਦੇ ਵੀ ਕਿੰਨੇ ਕੁ ਹੁਕਮ ਆਪਾਂ ਰੱਖੀ ਜਾ ਸਕਦੇ ਦੇਖੋ ਉੱਦਾਂ ਏਜੰਸੀਆਂ ਵਾਰ ਵਾਰ ਕੰਨਾਂ 'ਚ ਸਾਡੇ ਮਾਰਦੀਆਂ ਇਹ ਗੱਲਾਂ ਪਰ ਮੈਂ ਇਹ ਵੀ ਕਿਉਂਕਿ ਤੁਸੀਂ ਹੁਣ ਇਹ ਗੱਲ ਮੇਰੇ ਨਾਲ ਸ਼ੁਰੂ ਕੀਤੀ ਆ ਕਿੱਡਾ ਕੁ ਵੱਡਾ ਮਸਲਾ ਆ ਸਾਡੀ ਕੌਮ ਦੇ ਸ਼ਹੀਦ ਆ ਸ਼ਹੀਦ ਵੀ ਗੁਰੂ ਅੰਸ਼ ਆ ਅਤੇ ਗੁਰੂ ਅੰਸ਼ ਦੇ ਵਿੱਚ ਜੇ ਅਸੀਂ ਟਾਈਟਲ ਹੀ ਨਹੀਂ ਆਪਣਾ ਰੱਖ ਸਕਦੇ ਤਾਂ ਫਿਰ ਮੈਂ ਸਮਝਦਾ ਫਿਰ ਜੇ ਦੂਜੇ ਕਿਸੇ ਨੇ ਰੱਖਣਾ ਅਤੇ ਜੇ ਅਸੀਂ ਗੁਰਮਤ ਅਨੁਕੂਲ ਤਾਂ ਸਾਨੂੰ ਹੱਕ ਆ ਸਾਡਾ ਮੁੱਢਲਾ ਹੱਕ ਆ ਵੀ ਅਸੀਂ ਆਪਣਾ ਜਿਹੜਾ ਕਲਚਰ ਸਾਨੂੰ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ ਸਾਡਾ ਆਪਣਾ ਸਿਸਟਮ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਉਹ ਵੱਡੀਆਂ ਸ਼ਹੀਦੀਆਂ ਜਿਹੜਾ ਇਸ ਦੇਸ਼ ਦੇ ਵਿੱਚ ਨਾ ਇਤਿਹਾਸ ਪਹਿਲਾਂ ਸੀਗਾ ਅਤੇ ਨਾ ਗਾਂਹ ਹੋਣਾ ਉਹਨਾਂ ਦੀ ਆਪਾਂ ਆਹ ਕਮਾਈ ਅੱਜ ਖਾ ਰਹੇ ਹਾਂ ਨਹੀਂ ਤਾਂ ਉਹ ਛੋਟੀਆਂ ਜਿੰਦਾਂ ਨੇ ਵੱਡੀਆਂ ਸ਼ਹਾਦਤਾਂ ਦਿੱਤੀਆਂ ਇਹਦੇ ਉੱਤੇ ਸਾਨੂੰ ਤਾਂ ਇਸ ਗੱਲ ਦਾ ਅਫਸੋਸ ਵੀ ਆ ਵੀ ਸਾਰਾ ਜ਼ੋਰ ਇਸ ਗੱਲ ਨੂੰ ਲਵਾਇਆ ਜਾ ਰਿਹਾ ਸਾਹਿਬਜ਼ਾਦੇ ਸ਼ਹਾਦਤ ਦਿਵਸ ਕਿੰਨੀ ਕੁ ਵੱਡੀ ਗੱਲ ਹੈ ਇਹ ਮੇਰਾ ਖਿਆਲ ਆ ਉਹਨਾਂ ਨੂੰ ਤੁਰੰਤ ਮੰਨ ਲੈਣੀ ਚਾਹੀਦੀ ਆ ਕਿਉਂਕਿ ਇਹ ਗੁਰਮਤ ਨਾਲ ਸੰਬੰਧਿਤ ਹੈ ਜਿਹੜਾ 328 ਪਾਵਨ ਸਰੂਪ ਕ੍ਰਾਂਤੀ ਲਾਲਪੁਰੇ ਦਾ ਤੁਸੀਂ ਜ਼ਿਕਰ ਕੀਤਾ ਵੀ ਉਹ ਕਹਿੰਦਾ ਅਕਾਲੀ ਦਲ ਦਾ ਸਮਝੌਤਾ ਨਹੀਂ ਹੋਏਗਾ ਤੁਹਾਡੇ ਖਿਆਲ ਨਾਲ ਹੋਣਾ ਚਾਹੀਦਾ ਜੀ ਅਕਾਲੀ ਦਲ ਤੇ ਇਹ ਹੁਣ ਤੁਸੀਂ ਅਕਾਲੀ ਦਲ ਵਾਲਿਆਂ ਨੂੰ ਪੁੱਛ ਲਿਓ ਪਰ ਮੇਰਾ ਕਹਿਣ ਤੋਂ ਬਾਅਦ ਵੀ ਉਹ ਬੋਲੀ ਜਿਹੜੀ ਆ 328 ਵੀ ਮੇਰੀ ਮੈਂ ਤੁਹਾਨੂੰ ਉਹ ਬੇਲੀ ਬੋਲੀ ਦੇਖੋ ਜਿਹੜਾ ਘੱਟ ਗਿਣਤੀ ਕਮਿਸ਼ਨ ਆ ਉਹ ਕਿਸੇ ਪਾਰਟੀ ਦੀ ਬੋਲੀ ਤਾਂ ਨਾ ਬੋਲੇ
ਉਹ ਜੇ ਪੰਜਾਬ ਦੇ ਵਿੱਚ ਆ ਕੇ ਮੈਂ ਤਾਂ ਉਹਨੂੰ ਕੋਰਟ ਕੀਤਾ, ਬਾਕੀ ਹੋਣਾ ਕਿ ਨਹੀਂ ਹੋਣਾ ਇਹ ਉਹਨਾਂ ਨੂੰ ਪੁੱਛੋ ਜਾ ਕੇ, ਪਰ ਮੈਂ ਇਹ ਕਿਹਾ ਵੀ ਇਹ ਘੱਟ ਗਿਣਤੀ ਕਮਿਸ਼ਨ ਜਿਹੜਾ ਆ ਉਹਨੂੰ ਇਵੇਂ ਪਾਰਟੀਆਂ ਦੀ ਸਿੱਧੀ ਜਿਹੜੀ ਆ ਉਹ ਮੂਲ ਦਾ ਮਾਲਕ ਕਹਿ ਲਈਏ ਵੀ ਰਿਪ੍ਰੈਜੈਂਟੇਸ਼ਨ ਨਹੀਂ ਕਰਦਾ, ਪਰ ਉਮੀਦਵਾਰ ਵੀ ਤੇਰੇ ਆ ਨਾ ਪਾਰਟੀ, ਚਲੋ ਅਸੀਂ ਦੇ ਕੇ ਜੀ ਅਸੀਂ ਦੇ ਕੇ ਜੀ ਜਾਂ ਇੱਕ ਇੱਕੋ ਕੰਮ ਕਰੇ। ਹਾਂ